ਸੋ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਪਿਛਲੇ ਦਿਨਾਂ ਦੇ ਵਿੱਚ ਜਾਂ ਅੱਜ ਜਾਂ ਕੱਲ ਜੋ ਉਹਨਾਂ ਦੇ ਵਾਰਤਾਲਾਪ ਹੋਏ ਨੇ ਉੱਥੇ ਵੱਖ ਵੱਖ ਸੀਨੀਅਰ ਐਡਵੋਕੇਟਸ ਦੇ ਨਾਲ ਜਾਂ ਹੋਰ ਪੰਥ ਦਰਦੀਆਂ ਦੇ ਨਾਲ ਉਹ ਆ ਕੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੇ ਤਾਰੀਫ ਕੁਛ ਜ਼ਿਆਦਾ ਕਰ ਦਿੱਤੀ, ਮੇਰੀ ਕੋਈ ਹੈਸੀਅਤ ਤਾਂ ਔਕਾਤ ਨਹੀਂ। ਭਾਈ ਗੁਰਦਾਸ ਜੀ ਦੀ ਵਾਰ ਆਉਂਦੀ ਮੈਨੂੰ ਯਾਦ, ਮੇਰੀ ਖੱਲੋਂ ਮੌਜਰੇ ਗੁਰਸਿੱਖ ਹੰਡਾਉਂਦੀ। ਜੇ ਮੇਰੇ ਇਸ ਚੰਮ ਦੇ ਇਸ ਮਾਸ ਦੇ ਜੁੱਤੇ ਬਣ ਜਾਣ ਸਾਡੇ ਗੁਰੂ ਕੀ ਸੰਗਤ ਦੇ ਯੋਧਿਆਂ ਦੀ, ਅਤੇ ਸਾਡੀਆਂ ਭੈਣਾਂ ਅਤੇ ਮਾਮਾ ਦੇ ਚਰਨ ਦੇ ਵਿੱਚ ਮੈਂ ਪਾ ਦੇਵਾਂ। ਅਤੇ ਮੇਰੀ ਵੀ ਪਾਤਸ਼ਾਹ ਦੇ ਅੱਗੇ ਅਰਦਾਸ ਹੈ ਅਤੇ ਤੁਸੀਂ ਵੀ ਮੇਰੇ ਇਸ ਅਕਿਰਤ ਕਣ ਬੰਦੇ ਲਈ ਆ ਗੁਰੂ ਘਰ ਦੇ ਕੁੱਕਰ ਵਾਸਤੇ ਅਰਦਾਸ ਕਰਿਓ। ਜਿਹੜੀ 5-7 ਸਾਲ ਰਹਿੰਦੀ ਆ ਉਹ ਕਿਸ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਵੇ ਮੇਰੇ ਤੋਂ। ਮੇਰੇ ਤੋਂ ਪਹਿਲਾਂ ਭਾਈ ਮਨਿੰਦਰ ਸਿੰਘ ਨੇ ਵਡਮੁੱਲੇ ਵਿਚਾਰ ਦਿੱਤੇ, ਜਿਸ ਵੀਰ ਦੀ ਗੱਲ ਕੀਤੀ ਉਸ ਹਾਣੀ ਦਾ ਸੰਗ ਮਾਣਿਆ। ਯੂਨੀਵਰਸਿਟੀ ਤੋਂ ਲੈ ਕੇ ਅੱਜ ਤੱਕ ਉਸ ਭਾਈ ਦੇ ਨਾਲ ਖੜ੍ਹੇ ਹਾਂ। ਭਾਈ ਸਾਹਿਬ ਨੂੰ ਪਤਾ ਵੀ ਜਦੋਂ ਵੀ ਕਿਤੇ ਕੌਮ ਦੀ ਗੱਲ ਹੁੰਦੀ ਜੁਝਾਰੂ ਯੋਧਿਆਂ ਦੇ ਨਾਲ ਉਹਨਾਂ ਵੀਰਾਂ ਦਾ ਸੰਗ ਮਾਣਿਆ। ਦਲਾਵਰ ਸਿੰਘ ਤੋਂ ਲੈ ਕੇ ਅੱਜ ਤੱਕ ਵੀ ਸੰਘਰਸ਼ ਦੇ ਵਿੱਚ ਹਰ ਇੱਕ ਪਿੰਡ 'ਤੇ ਖੜ੍ਹੇ ਹਾਂ, ਅਤੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਵੀ ਕਰਦੇ ਇਸੇ ਤਰ੍ਹਾਂ ਸੇਵਾ ਦਿੰਦੇ ਰਹਿਣ। ਮੈਂ ਬਾਹਲਾ ਸਮਾਂ ਨਾ ਲਵਾਂ, ਮੈਂ ਦੱਸਣਾ ਜਿਹੜਾ ਕਿਉਂਕਿ ਸਾਰਿਆਂ ਨੇ ਇੱਥੇ ਦੀਆਂ ਗੱਲਾਂ ਕੀਤੀਆਂ ਜਾਂ ਹੋਰ, ਮੈਂ ਥੋੜ੍ਹਾ ਜਿਹਾ ਪੰਜਾਬ ਤੁਹਾਨੂੰ ਲੈ ਕੇ ਜਾਣਾ ਵੀ ਉੱਥੇ ਕਿਹੜਾ ਕਿਹੜਾ ਕਾਨੂੰਨ ਕਿੱਦਾਂ ਕਿੱਦਾਂ ਬਣਦਾ ਅਤੇ ਕਿੱਦਾਂ ਕਿੱਦਾਂ ਤੁਹਾਡੇ ਨਾਲ ਕੀਤਾ ਜਾਂਦਾ। ਜਿਹੜੀ NSA ਆ ਉਹਦਾ ਨਾਮ ਹੁੰਦਾ ਨੈਸ਼ਨਲ ਸਕਿਉਰਿਟੀ ਐਕਟ, ਇਹਨੂੰ ਸ਼ਾਰਟਕੱਟ ਦੇ ਵਿੱਚ NSA ਕਹਿ ਦਿੰਦੇ ਆ। ਇਹਦੇ ਵਿੱਚ ਕੋਈ ਅਪੀਲ ਦਲੀਲ ਨਹੀਂ ਹੁੰਦੀ, ਜਿੰਨਾ ਸਮਾਂ ਮਰਜ਼ੀ ਜੇਲ੍ਹ ਦੇ ਵਿੱਚ ਗਲੇ ਸੜੇ ਬੰਦਾ ਕੁਛ ਵੀ ਹੋਵੇ। ਜਿਸ ਆਸਾਮ ਦੀ ਜੇਲ੍ਹ ਦੇ ਵਿੱਚ 6 ਸਿੰਘਾਂ ਨੂੰ ਭੇਜਿਆ ਗਿਆ, ਉਸ ਜੇਲ੍ਹ ਦੇ ਵਿੱਚ ਇੰਨੀਆਂ ਕੁ ਚੱਕੀਆਂ ਦੇ ਵਿੱਚ ਪਹਿਲਾਂ ਵੀ ਜੁਝਾਰੂ ਯੋਧਿਆਂ ਨੂੰ ਜਦੋਂ ਸਾਡਾ ਸੰਘਰਸ਼ ਪੀਕ 'ਤੇ ਸੀ ਉਦੋਂ ਵੀ ਰੱਖਿਆ ਗਿਆ ਅਤੇ ਸਦਦ ਕੀਤੇ ਗਏ। ਉੱਥੇ ਪੁਰਾਣੇ ਸਿੰਘਾਂ ਤੋਂ, ਕਿਉਂਕਿ ਮੇਰਾ ਕਾਫੀ ਸੰਘਰਸ਼ਮਈ ਪਰਿਵਾਰ ਸਮੇਤ ਰਿਹਾ, ਅਤੇ ਜੁਝਾਰੂ ਯੋਧਿਆਂ ਤੋਂ ਸਖਦੇਵ ਸਿੰਘ ਬੱਬਰ ਹੋਣਾ ਤੋਂ ਲੈ ਕੇ ਅਲੋਕ ਸਿੰਘ ਬੱਬਰ ਹੋਣੀ ਜਾਂ ਹੋਰ ਅਖੰਡ ਕੀਰਤਨੀ ਜਥਾ ਜਾਂ ਦਮਦਮੀ ਟਕਸਾਲ ਦੇ ਨਾਲ ਪਰਿਵਾਰਕ ਤੌਰ 'ਤੇ ਬੜੀ ਸਾਂਝ ਨੇੜਦੀ ਰਹੀ। ਤਾਂ ਉਹਨਾਂ ਸਿੰਘਾਂ ਤੋਂ ਪਤਾ ਲੱਗਦਾ ਰਿਹਾ ਵੀ ਉੱਥੇ ਜਿਹੜੀ ਜੇਲ੍ਹ ਦੇ ਆ ਉਹਦੇ ਵਿੱਚ ਕੁੱਤਿਆਂ ਨੂੰ ਵੀ ਛੱਡ ਦਿੰਦੇ ਵੀ ਬੰਦਿਆਂ ਨੂੰ ਦੰਦੀ ਵੱਢਣ ਅਤੇ ਬੰਦਿਆਂ ਨੂੰ ਮੋਹਰੇ ਭਜਾਉਂਦੇ ਆ। ਮੇਰੀ ਰਾਤੀ ਵੀ ਗੱਲ ਹੋ ਰਹੀ ਸੀਗੀ, ਕਿਉਂਕਿ ਉੱਥੇ ਅੱਤ ਦਰਜੇ ਦਾ ਤਸ਼ੱਦਦ ਕੀਤਾ ਜਾਂਦਾ, ਉੱਥੇ ਦਾ ਪਾਣੀ ਵੀ ਪੀਣ ਵਾਲਾ ਨਹੀਂ। ਇਹ ਕਦੇ ਆਸਾਮ ਦੇ ਵਿੱਚ ਉਸ ਜੇਲ੍ਹ ਦੀ ਤੁਸੀਂ ਨਹਾਉਣ ਦੇ ਯੋਗ ਨਹੀਂ ਗਾ, ਪਾਣੀ ਦੇ ਪੀਣ ਯੋਗ ਵੀ ਨਹੀਂ ਗਾ। ਉੱਥੇ ਕਾਲਾ ਪੀਲੀਆ ਵੀ ਆਮ ਮਨੁੱਖਾਂ ਨੂੰ ਹੋ ਜਾਂਦਾ ਉਸ ਜੇਲ੍ਹ ਦੇ ਵਿੱਚ। ਸਾਡੇ ਜੁਝਾਰੂ ਯੋਧਿਆਂ ਨੇ ਪਹਿਲਾਂ ਵੀ ਇਸ ਚੱਕੀਆਂ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਆ, ਅਤੇ ਅੱਜ ਭਾਈ ਅੰਮ੍ਰਿਤਪਾਲ ਦੇ ਚਾਚਾ ਜੀ ਜਾਂ ਭਾਈ ਬਸੰਤ ਸਿੰਘ ਜੀ ਜਾਂ ਹੋਰ ਨੌਜਵਾਨ ਉੱਥੇ ਭੇਜੇ ਗਏ ਹਨ। ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ, ਅਸੀਂ ਉਸ ਗੁਰੂ ਦੇ ਵਾਰਸ ਹਾਂ, ਉਸ ਮਾਵਾਂ ਦੇ ਪੁੱਤਰ ਹਾਂ ਜਿਨ੍ਹਾਂ ਮੀਰ ਮਨੂ ਦੀਆਂ ਚੱਕੀਆਂ ਪੀਸਣ ਪੀਸਿਆ, ਪੁੱਤਰਾਂ ਦੇ ਗਲਾਂ ਦੇ ਵਿੱਚ ਟੋਟੇ ਗਲਾਂ ਦੇ ਵਿੱਚ ਕੀਰਤ ਕਰਕੇ ਹਾਰ ਪਵਾ ਲਏ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਸੀ, ਉਹਨਾਂ ਦੇ ਪੋਤੇ ਅਸੀਂ ਅਡੋਲ ਅਚਿੱਤ ਰਹਿਣ ਵਾਲੇ ਹਾਂ। ਹੁਣ ਸਾਡਾ ਕੀ ਫਰਜ਼ ਬਣਦਾ? ਜਿਹੜੀ ਮੈਂ NSA ਦੀ ਗੱਲ ਕੀਤੀ ਆ, ਰਾਤੀ ਭਾਈ ਹਰਪਾਲ ਸਿੰਘ ਖਾਰਾ ਜਿਹੜਾ ਬਠਿੰਡਾ ਤੋਂ ਵਕੀਲ, ਉਹਨਾਂ ਦਾ ਭਚੰਗੀ ਵਾਰਸ ਪੰਜਾਬ ਦੀ ਜਥੇਬੰਦੀ ਦੇ, ਜਿਹੜੇ ਕੋਈ ਵੀ ਵਕੀਲ ਲਾ ਫਾਰਮ ਦਾ ਹੁਕਮ ਕਰਦੇ ਆ, ਉਹਨਾਂ ਨਾਲ ਵੀ ਵਾਰਤਾਲਾਪ ਹੋਈ। ਸਿਮਰਜੀਤ ਜਿਹੜਾ ਤਾਰੇ ਵੀਰ ਦਾ ਵਕੀਲ ਆ, ਉਹਦੇ ਨਾਲ ਵੀ ਗੱਲਬਾਤ ਹੋਈ। ਫਿਰ ਬਰਜਿੰਦਰ ਸਿੰਘ ਸੋਢੀ ਨਾਲ ਵੀ ਗੱਲ ਹੋਈ, ਪੂਰਨ ਸਿੰਘ ਹੁੰਦਲ ਨਾਲ ਵੀ ਗੱਲ ਹੋਈ, ਨਵਕਰਨ ਸਿੰਘ ਨੂੰ ਮੈਸੇਜ ਕੀਤਾ ਗਿਆ ਅਤੇ ਉਹਦਾ ਤੜਕੇ ਤਕਰੀਬਨ ਮੈਨੂੰ 3 ਵਜੇ ਮੈਸੇਜ ਆਇਆ, ਕਿਉਂਕਿ ਜਿਹੜਾ ਨਵਕਰਨ ਉਹ ਮੇਰੇ ਵੱਡੇ ਭਾਈ ਦਾ ਕਲਾਸਮੇਟ ਆ, ਅਤੇ ਉਹਦੇ ਨਾਲ ਸਾਡਾ ਪਰਿਵਾਰਕ ਤੌਰ 'ਤੇ ਮਾੜਾ ਮੋਟਾ ਮਿਲਣਾ ਗਿਲਣਾ ਵੀ ਹੈਗਾ। ਇੱਕੋ ਇੱਕ ਪੰਜਾਬ ਦੇ ਵਿੱਚ ਵਕੀਲ ਹੈ ਜਿਹੜਾ ਨਵਕਰਨ ਜਿਹੜਾ NSA ਦੀ ਕੇਸ ਲੜ ਰਿਹਾ, ਉਹਨੇ 20 ਕੇਸ ਲੜੇ ਵੀ ਆ। ਮੈਂ ਖਾਰਾ ਸਾਹਿਬ ਦੇ ਨਾਲ ਬਹੁਤ ਲੰਮਾ ਚਿਹਰ ਵਿਚਾਰ ਵਟਾਂਦਰਾ ਕੀਤਾ ਵੀ NSA ਇਹ ਜਿਹੜਾ
नैशनल सिक्योरिटी एक्ट होंदा क्योंकि असं आप उन्हों केसों के उलझे रहे हैं अज भी पंजाब दे विच भी उलझे तो इतने बाहरले मुल्कों भी केसों के बारे बड़ी जानकारी होंगी भी किहड़े केस तो किदां की कानून होंदा कि यह सिस्टम उन्होंने भी गल की भी असी पंजाब के नौजवानों की तो पैरवाई कर रहे हैं पर जिहड़ा आसाम दे विच है भी आपां नूं उत्थे किसी भी